ਤਰ ਬਾਬਾ ਕਾਹਦਾ ਜੀ ਕ੍ਰਿਕਟ ਦੀ ਜਿਹੜੀ ਸਪੋਰਟਸ ਕਲੱਬ ਆ ਅੱਜ ਉਹ ਇਸ ਪਿੰਡ ਕਾਲਾ ਸੰਘਿਆਲਮ ਵਿਖੇ ਆਲਮਗੀਰ ਵਿਖੇ ਇੱਕ ਕ੍ਰਿਕਟ ਦਾ ਜਿਹੜਾ ਟੂਰਨਾਮੈਂਟ 3 ਦਿਨ ਦਾ ਕਰਵਾ ਰਹੇ ਆ ਦੋਵਾਂ ਪੰਚਾਇਤਾਂ ਵੱਲੋਂ ਅਤੇ ਪਿੰਡ ਦੇ ਜਿੰਨੇ ਵੀ ਨੌਜਵਾਨ ਇਸ ਟੂਰਨਾਮੈਂਟ ਦੇ ਵਿੱਚ ਸਾਥ ਦੇ ਰਹੇ ਆ ਜਿੰਨੇ NRI ਵੀਰਾਂ ਨੇ ਜਿਹੜਾ ਇਹਨਾਂ ਲਈ ਟੂਰਨਾਮੈਂਟ ਕਰਵਾਉਣ ਲਈ ਫੰਡ ਭੇਜੇ ਆ ਅਸੀਂ ਦੋਨਾਂ ਪੰਚਾਇਤਾਂ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਜਿਹੜੇ ਨੌਜਵਾਨਾਂ ਨੇ ਕ੍ਰਿਕਟ ਦਾ ਜਿਹੜਾ ਟੂਰਨਾਮੈਂਟ ਕਰਵਾ ਰਹੇ ਆ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਕਿਉਂਕਿ ਜਿਹੜੀਆਂ ਖੇਡਾਂ ਉਹ ਸਾਡੇ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਲਈ ਬਹੁਤ ਜ਼ਰੂਰੀ ਨੇ ਕਿਉਂਕਿ ਨਸ਼ਿਆਂ ਵੱਲ ਜਿਹੜਾ ਰੁਝਾਨ ਹੈ ਉਹ ਬਹੁਤ ਜ਼ਿਆਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੈ ਇਸ ਕਰਕੇ ਜਿਹੜੀ ਖੇਡ ਆ ਕੋਈ ਵੀ ਖੇਡ ਆ ਕ੍ਰਿਕਟ ਲਾ ਲਓ ਫੁੱਟਬਾਲ ਲਾ ਲਓ ਕਬੱਡੀ ਲਾ ਲਓ ਰੈਸਲਿੰਗ ਲਾ ਲਓ ਉਹਦੇ ਵਿੱਚ ਜਿਹੜਾ NRI ਵੀਰ ਸਾਡੇ ਜਾਂ ਜਿਹੜੇ ਨੌਜਵਾਨ ਪਾਰਟੀਸਪੇਟ ਕਰਦੇ ਆ ਅਸੀਂ ਦੋਨੋਂ ਪੰਚਾਇਤਾਂ ਉਹਨਾਂ ਨੂੰ ਬਹੁਤ ਐਪਰੀਸ਼ੀਏਟ ਕਰਦੇ ਅਤੇ ਸਾਡਾ ਦੋਨਾਂ ਪੰਚਾਇਤਾਂ ਦਾ ਇਸ ਚੰਗੇ ਕੰਮਾਂ ਲਈ ਬਹੁਤ ਸਾਡਾ ਇਹਨਾਂ ਨੂੰ ਸਹਿਯੋਗ ਆ ਅਤੇ ਜਿੱਦਾਂ ਦੀ ਵੀ ਇਹਨਾਂ ਨੂੰ ਲੋੜ ਹੈ ਉਹ ਅਸੀਂ ਦੋਨੋਂ ਪੰਚਾਇਤਾਂ ਇਹਨਾਂ ਦੀ ਪੂਰੀ ਵੀ ਕਰਾਂਗੇ ਸਰਪੰਚ ਸਾਹਿਬ ਸਾਡੇ ਆਲਮਗੀਰ ਦੇ ਵੀ ਸਾਡੇ ਸੰਜੀਵ ਕੁਮਾਰ ਹੈਪੀ ਵੀ ਸਾਡੇ ਨਾਲ ਨੇ ਅਤੇ ਇਹਨਾਂ ਨੂੰ ਵੀ ਅਸੀਂ ਹੁਣੇ ਥੋੜ੍ਹਾ ਜਿਹਾ ਆਲਮਗੀਰ ਦਾ ਰਕਵਾ ਇਹਨਾਂ ਰਿਕੁਐਸਟ ਕੀਤੀ ਆ ਵੀ ਹੌਲੀ ਹੌਲੀ ਆਪਾਂ ਜਿਹੜਾ ਇਹਨੂੰ ਕਵਰ ਕਰਕੇ ਸਟੇਡੀਅਮ ਦਾ ਰੂਪ ਦੇਣਾ ਅਤੇ ਇਹ ਜਿਹੜਾ ਸਟੇਡੀਅਮ ਬਣਿਆ ਸ਼੍ਰੀ 6ਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਂ 'ਤੇ ਬਣਿਆ ਅਤੇ ਇਹ ਹੁਣ ਇਹਨੂੰ ਗੁਰਾਂ ਦੇ ਚਰਨ ਛੋਹ ਵੀ ਪ੍ਰਾਪਤ ਹੈ ਇਸ ਧਰਤੀ ਨੂੰ ਸੋ ਮੈਂ ਇੱਕ ਵਾਰੀ ਫਿਰ ਜਿੰਨੀ ਵੀ ਇੱਥੇ ਕ੍ਰਿਕਟ ਦੇ ਜਿਨ੍ਹਾਂ ਨੇ ਸਾਰੇ ਨੌਜਵਾਨਾਂ ਨੇ ਔਰਗਨਾਈਜ਼ ਕੀਤਾ ਦੋਨਾਂ ਪੰਚਾਇਤਾਂ ਵੱਲੋਂ ਅਤੇ ਪਿੰਡ ਵੱਲੋਂ ਜਿੰਨੇ ਇੱਥੇ ਪਲੇਅਰ ਪਹੁੰਚੇ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਅਤੇ ਧੰਨਵਾਦ ਕਰਦਾ ਉਮੀਦ ਕਰਦਾ ਵੀ ਇਹ ਜਿਹੜਾ ਟੂਰਨਾਮੈਂਟ 3 ਦਿਨ ਦਾ ਹੋ ਰਿਹਾ ਇਹ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਸੰਪੰਨ ਹੋਏਗਾ ਅਤੇ ਆਉਣ ਵਾਲੇ ਸਮੇਂ 'ਚ ਇਹ ਟੂਰਨਾਮੈਂਟ ਜਿਹੜਾ ਹੋਰ ਵੀ ਵੱਡਾ ਕੀਤਾ ਜਾਵੇਗਾ ਸਾਰੀ ਇੱਥੇ ਜਿੰਨੀ ਵੀ ਸੰਗਤ ਪਹੁੰਚੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹੋ ਜਗਰੂ ਰਿਆਣਾ ਇੱਕ ਜਿਹੜਾ ਲੱਭਾ ਹੈ ਉਹਨੇ ਕਿਹਾ ਇੱਕ ਜਿਹੜਾ ਲੱਭਾ ਹੈ ਜਿਹੜਾ ਲੱਭਾ ਹੈ ਉਹਨੇ ਕਿਹਾ ਇੱਕ 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 ਜਿਹੜਾ ਲੱਭਾ ਹੈ ਉ